ਸ੍ਰੀਕਾਲ ਜੀ ਸੂਬੇਦਾਰ ਹਜ਼ਾਰਾ ਸਿੰਘ ਸਬ ਇੰਸਪੈਕਟਰ ਪਿੰਡ ਫਾਮੜਾ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਹੁਸ਼ਿਆਰਪੁਰ ਕੋਈ ਪ੍ਰੋਗਰੈਸ ਨਹੀਂ ਜਿਹੜਾ ਸਰਪੰਚ ਬੰਦਾ ਆਪਣਾ ਹੀ ਕਰਦਾ ਬਾਕੀ ਠੀਕ ਇਸ ਟਾਈਮ ਜਿਹੜੇ ਪਹਿਲੇ ਨਾ ਕਰਤਾ ਕਰਤਾ ਹੁਣ ਤਾਂ ਬਿਲਕੁਲ ਨਹੀਂ ਕੋਈ ਡਿਪਾਰਟਮੈਂਟ ਠੀਕ ਹੋਈ ਸਾਡੇ ਪਿੰਡ ਦੀ 85 ਕਿੱਲੇ 16 ਮਰਲੇ ਜ਼ਮੀਨ ਆ ਪਿੰਡ ਦੀ ਚਰਾਂ ਛੱਡੀ ਉਹਦੇ ਵਿੱਚ ਇੰਨੀ ਇਨਕਮ ਆ ਕੋਈ ਪਿੰਡ ਦੇ ਡਿਪਾਰਟਮੈਂਟ ਵਾਸਤੇ ਨਹੀਂ ਖਰਚ ਹੋ ਰਿਹਾ ਇੱਥੇ ਕੋਈ ਆਉਂਦਾ ਹੀ ਨਹੀਂ ਗਾ MLA ਬਣਦਾ ਤਾਂ ਜੋ ਵੀ ਬਣਦਾ MLA MP ਬਣਦਾ ਜਾਂ ਸਰਪੰਚ ਬਣਦਾ ਉਹ ਕਹਿੰਦੇ ਲੰਬੜਦਾਰ ਦੀ ਸਾਨੂੰ ਜ਼ਰੂਰਤ ਹੈ ਕੋਈ ਨਹੀਂ ਹਾਂਜੀ ਜਿਹੜਾ ਵੀ ਸਰਪੰਚ ਉਹ ਕਹਿੰਦੇ ਲੰਬੜਦਾਰ ਦੀ ਕੋਈ ਜ਼ਰੂਰਤ ਨਹੀਂ ਅੱਜ ਕੱਲ੍ਹ ਚਾਹੀਦੇ ਆ ਖਾਣ ਪੀਣ ਵਾਲੇ ਬੰਦੇ ਹੇਰਾ ਫੇਰੀ ਵਾਲੇ ਉਹਨੂੰ ਵਧੀਆ ਸਮਝਦੇ ਆ ਮੇਰਾ ਸੂਲਾ ਜੀ ਕਿਸੇ ਕੋਲ ਚਾਹ ਪਾਣੀ ਠੰਡਾ ਕੁਛ ਨਹੀਂ ਲੈਣਾ ਅਸੀਂ ਕਹਿੰਦੇ ਵੀ ਜੋ ਕੋਈ ਵੀ ਸਰਪੰਚ ਬੰਦਾ ਪੰਚਾਇਤ ਚੁਣੀ ਜਾਂਦੀ ਆ ਉਹਦੇ ਵਿੱਚ ਲੰਬੜਦਾਰ ਦਾ ਮੁਆਇਨਾ ਜ਼ਰੂਰ ਹੋਣਾ ਚਾਹੀਦਾ ਲੰਬੜਦਾਰ ਨੂੰ ਉਹਦੇ ਵਿੱਚ ਹੱਕ ਹਕੂਕ ਹੋਣੇ ਚਾਹੀਦੇ ਵੀ ਉਸ ਜੋ ਗ੍ਰਾਂਟ ਆਉਂਦੀ ਜਾਂ ਕੋਈ ਵੀ ਆਉਂਦਾ ਉਹਦਾ ਹਿਸਾਬ ਤਾਂ ਰੱਖਿਆ ਜਾਵੇ ਉਹ ਲਿਆ ਜਾਵੇ ਸਰਪੰਚ ਕੋਲੋਂ ਉਹਦਾ ਹਿਸਾਬ ਤਾਂ ਮੰਗਿਆ ਜਾਵੇ ਦੇਖੋ ਜੀ ਜਿਉਂ ਸਰਪੰਚ ਬਣਿਆ ਉਹ ਤੋਂ ਬਾਅਦ ਉਹਦਾ ਪੰਚਾਇਤ ਮੈਂਬਰ ਸੀ ਪਵਨ ਕੁਮਾਰ ਉਹਨੂੰ ਬਣਾਇਆ ਉਹਦੀ ਡੈਥ ਹੋ ਗਈ ਉਹ ਡੈਥ ਹੋ ਜੂ ਵੀ ਤਿੰਨ ਚਾਰ ਮਹੀਨੇ ਹੋ ਗਿਆ ਉਹ ਤੋਂ ਬਾਅਦ ਹੁਣ ਇੱਕ ਲੇਡੀ ਬਣਾਈ ਹੈਗੀ ਉਹ ਟਾਈਮ ਪਾਸ ਕਰਨ ਵਾਸਤੇ ਸਰਪੰਚ ਕੋਈ ਉਹਦਾ ਰਿਕਾਰਡ ਨਹੀਂ ਹਜੇ ਤੱਕ ਉਹ ਸਰਪੰਚ ਦੇ ਲੜਕੇ ਨੇ ਉਹਨਾਂ ਨੂੰ ਦਿੱਤਾ ਕੋਈ ਵੀ ਕਾਜ ਨਹੀਂ ਉਹਨਾਂ ਨੂੰ ਮਿਲਿਆ ਉਹ ਕੰਮ ਕਿੱਦਾਂ ਕਰਨ ਉਹ ਪਹਿਲਾਂ ਸਰਪੰਚ ਠੀਕ ਨੇ ਅਤੇ ਇਸੇ ਕਰਕੇ ਪਿੰਡਾਂ ਵਿੱਚ ਆਮ ਇਸ ਤਰ੍ਹਾਂ ਚੱਲੀ ਆ ਔਰ ਸਾਡੇ ਪਿੰਡ ਤਾਂ ਖਾਸ ਕਰਕੇ ਸਾਡਾ ਪਿੰਡ 85 ਕਿੱਲੇ 16 ਮਰਲੇ ਪੰਚਾਇਤ ਦੀ ਜ਼ਮੀਨ ਵਾ ਜਿਹੜੀ ਵੱਖਰੀ ਆ ਬਾਈ ਦੀ ਉਹ 7-8 ਕਿੱਲੇ ਵੱਖਰੀ ਆ ਤੱਕ ਦੇਖੋ ਨਾ 50-60 ਹਜ਼ਾਰ ਰੁਪਈਆ ਲੱਖ ਰੁਪਈਆ ਬਣਦਾ ਹੈਗਾ ਇੱਕ ਸਾਲ ਦਾ